ਸਤਿ ਸ਼੍ਰੀ ਅਕਾਲ, ਮੇਰਾ ਨਾਮ ਪ੍ਰਿਯੰਕਾ ਹੈ। ਮੈਂ 7ਵੀਂ ਜਮਾਤ ਦੀ ਵਿਦਿਆਰਥਣ ਹਾਂ। ਮੇਰੇ ਸਕੂਲ ਦਾ ਨਾਮ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖੇੜਾ ਦੋਨਾ ਹੈ। ਮੈਂ ਤੁਹਾਨੂੰ ਅੱਜ ਇੱਕ ਕਹਾਣੀ ਸੁਣਾਉਣ ਜਾ ਰਹੀ ਹਾਂ, ਜਿਸ ਦਾ ਨਾਮ ਹੈ ਦਰਿਆ ਨੇ ਕਿਹਾ। ਬਿਰਖੂ ਇੱਕ ਲੱਖਣਹਾਰਾ ਸੀ। ਉਹ ਦਰਿਆ ਦੇ ਉਸ ਪਾਰ ਰੁੱਖਾਂ ਦੀ ਇੱਕ ਰੱਖ ਵਿੱਚ ਲੱਕੜਾਂ ਕੱਟਣ ਜਾਇਆ ਕਰਦਾ ਸੀ। ਉਹ ਸਾਰਾ ਦਿਨ ਮਿਹਨਤ ਕਰਦਾ ਅਤੇ ਸ਼ਾਮ ਨੂੰ ਦਰਿਆ ਦੇ ਇਸ ਪਾਰ ਆਪਣੇ ਘਰ ਮੁੜ ਆਉਂਦਾ। ਇੱਕ ਦਿਨ ਦਰਿਆ ਚੜਿਆ ਹੋਇਆ ਸੀ। ਬਿਰਖੂ ਜਦੋਂ ਵਾਪਸ ਘਰ ਪਰਤ ਰਿਹਾ ਸੀ ਤਾਂ ਦਰਿਆ ਪਾਰ ਕਰਦਿਆਂ ਇੱਕ ਛਾਲ ਆਈ। ਉਸ ਦੀ ਕੁਹਾੜੀ ਹੱਥੋਂ ਛੁੱਟ ਕੇ ਦਰਿਆ ਵਿੱਚ ਡਿੱਗ ਗਈ। ਬਿਰਖੂ ਨੇ ਦਰਿਆ ਨੂੰ ਕਿਹਾ, ਦਰਿਆ ਦਰਿਆ, ਮੇਰੀ ਕੁਹਾੜੀ ਮੈਨੂੰ ਮੋੜ ਦੇ। ਮੇਰੇ ਕੋਲੋਂ ਇੰਨੇ ਪੈਸੇ ਨਹੀਂ ਕਿ ਨਵੀਂ ਕੁਹਾੜੀ ਲੈ ਸਕਾਂ। ਇੱਕ ਕੁਹਾੜੀ ਅਜੇ ਮੈਂ ਕੱਲ੍ਹ ਹੀ ਖਰੀਦੀ ਸੀ। ਪਿਆਰੇ ਦਰਿਆ, ਮੇਰੀ ਕੁਹਾੜੀ ਕੱਢ ਦੇ ਤਾਂ ਜੋ ਕੱਲ੍ਹ ਮੈਂ ਆਪਣੇ ਕੰਮ 'ਤੇ ਜਾ ਸਕਾਂ। ਦਰਿਆ ਵਜੋਂ ਆਵਾਜ਼ ਆਈ। ਬਿਰਖੂ ਜਦੋਂ ਦਰਿਆ ਚੜ੍ਹੇ ਤਾਂ ਸੰਭਾਲ ਕੇ ਇਹਨੂੰ ਪਾਰ ਕਿਉਂ ਕਰੋ। ਦਰਿਆ ਵਿੱਚ ਤਿੰਨ ਕੁਹਾੜੀਆਂ ਡਿੱਗੀਆਂ ਨੇ। ਇੱਕ ਸੋਨੇ ਦੀ ਹੈ, ਇੱਕ ਚਾਂਦੀ ਦੀ ਹੈ ਅਤੇ ਇੱਕ ਕੁਹਾੜੀ ਲੋਹੇ ਦੀ ਹੈ। ਇਹਨਾਂ ਵਿੱਚੋਂ ਇੱਕ ਨੂੰ ਲੱਕੜ ਦਾ ਮੋਠਾ ਲਗਾ ਹੋਇਆ ਹੈ। ਤੇਰੀ ਕੁਹਾੜੀ ਕਿਹੜੀ ਹੈ? ਦਰਿਆ ਦੀਆਂ ਛਾਲਾਂ ਉੱਠੀਆਂ ਤਾਂ ਤਿੰਨੇ ਕੁਹਾੜੀਆਂ ਕਿਨਾਰੇ ਨਾਲ ਆ ਲੱਗੀਆਂ। ਬਿਰਖੂ, ਇਹਨਾਂ ਕੁਹਾੜੀਆਂ ਨੂੰ ਹੱਥ ਪਾ ਕੇ ਕੱਢ ਲੈ ਅਤੇ ਆਪਣੀ ਕੁਹਾੜੀ ਨੂੰ ਪਛਾਣ ਲੈ, ਦਰਿਆ ਨੇ ਕਿਹਾ। ਬਿਰਖੂ ਲੱਕੜਹਾਰੇ ਨੇ ਕਿਨਾਰੇ ਨਾਲ ਆ ਕੇ ਲੱਗਿਆ ਤਿੰਨੇ ਕੁਹਾੜੀਆਂ ਨੂੰ ਬਾਹਰ ਕੱਢਿਆ। ਸੋਨੇ ਚਾਂਦੀ ਦੀਆਂ ਕੁਹਾੜੀਆਂ ਚਮਕ ਰਹੀਆਂ ਸਨ। ਉਸ ਦੀ ਲੋਹੇ ਦੀ ਕੁਹਾੜੀ ਵੀ ਉਹਨਾਂ ਵਿੱਚ ਸੀ। ਬਿਰਖੂ ਆਪਣੀ ਕੁਹਾੜੀ ਵੇਖ ਕੇ ਖਿੜ ਗਿਆ। ਉਹਨੇ ਦਰਿਆ ਨੂੰ ਕਿਹਾ, ਪਿਆਰੇ ਚੰਗੇ ਦਰਿਆ, ਸੋਨੇ ਅਤੇ ਚਾਂਦੀ ਦੀਆਂ ਕੁਹਾੜੀਆਂ ਮੇਰੀ ਨਹੀਂ ਹੈ, ਇਹ ਲੋਹੇ ਵਾਲੀ ਕੁਹਾੜੀ ਮੇਰੀ ਹੈ। ਤੂੰ ਮਿਹਨਤੀ ਹੋਣ ਅਤੇ ਨਾਲ ਸੱਚਾ ਵੀ ਹੈ, ਦਰਿਆ ਨੇ ਕਿਹਾ।